ਅੱਜ ਬਠਿੰਡਾ ਅਤੇ ਆਸ ਪਾਸ ਦੇ ਇਲਾਕੇ ਵਿੱਚ ਹਲਕੀ ਫੁਲਕੀ ਬਾਰਿਸ਼ ਹੋਈ। ਕਿਸਾਨਾਂ ਦੀਆਂ ਫਸਲਾਂ ਦਾ ਕਾਫੀ ਨੁਕਸਾਨ ਹੋਇਆ। ਕਿਸਾਨਾਂ ਨੇ ਮੰਗ ਕੀਤੀ ਹੈ ਕਿ ਕੋਰੋਨਾ ਵਾਇਰਸ ਦੇ ਚੱਲਦੇ ਵੈਸੇ ਵੀ ਕਿਸਾਨਾਂ ਦਾ ਬਹੁਤ ਨੁਕਸਾਨ ਹੋਇਆ ਹੈ ਅਤੇ ਸਰਕਾਰ ਇਸ ਦੀ ਭਰਪਾਈ ਕਰੇ। ਹਾਂਜੀ, ਮੈਂ ਅਮਰਜੀਤ ਸਿੰਘ ਪਿੱਛੋਂ ਖੁਰਦ ਜ਼ਿਲ੍ਹਾ ਬਠਿੰਡਾ ਦੇ ਰਹਿਣ ਵਾਲਾ ਕਿ ਲਗਾਤਾਰ ਕੁਦਰਤੀ ਦੀ ਕਰੋਪੀ ਹੈ ਜਿਹੜੀ ਕਿਸਾਨਾਂ 'ਤੇ ਵਰ ਰਹੀ ਆ। ਅੱਜ ਵੀ ਲਗਾਤਾਰ ਮੀਂਹ ਪੈ ਰਿਹਾ ਕਿਉਂਕਿ ਕਿਸਾਨਾਂ ਦੀ ਕਣਕ ਜਿਹੜੀ ਪੱਕੀ ਵੀ ਹੈ ਧੀਆਂ ਪੁੱਤਾਂ ਵਾਂਗੂ ਪਾਲੀ ਹੋਈ ਕਣਕ ਆ ਅਤੇ ਬੇਮੌਸਮੀ ਮੀਂਹ ਨਾਲ ਕਰਕੇ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਕਿਉਂਕਿ ਪਹਿਲਾਂ ਵੀ ਮੀਂਹ ਪੈ ਗਿਆ, ਹੁਣ ਵੀ ਮੀਂਹ ਪੈ ਗਿਆ ਅਤੇ ਬੱਦਲਬਾਈ ਨਾਲ ਕਿਸਾਨਾਂ ਦੀ ਕਣਕ ਆ ਜਿਹੜੀ ਉਹ 'ਤੇ ਤੇਲਾ ਪੈ ਰਿਹਾ। ਤੇਲੇ ਦੇ ਨਾਲ ਨਾਲ ਕਣਕ ਪੱਕੀ ਵੀ ਡਿੱਗ ਵੀ ਰਹੀ ਆ ਅਤੇ ਉੱਤੋਂ ਕਿਸਾਨਾਂ ਨੂੰ ਜਿਹੜਾ ਕਲਫੂ ਨੇ ਬਹੁਤ ਵੱਡੀ ਸਮੱਸਿਆ। ਸੋ ਜੋ ਮੀਂਹ ਨਾਲ ਨੁਕਸਾਨ ਹੋ ਰਿਹਾ, ਸਰਕਾਰ ਨੂੰ ਬੇਨਤੀ ਆ ਕਿ ਕਿਸਾਨਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ, ਕਿਸਾਨਾਂ ਨੂੰ ਫੌਰੀ ਰਾਹਤ ਦਿੱਤੀ ਜਾਵੇ ਤਾਂ ਕਿ ਜਿਹੜੀ ਪੰਜਾਬ ਦੀ ਕਿਸਾਨੀ ਆ, ਰੀੜ੍ਹ ਦੀ ਹੱਡੀ ਆ ਹਿੰਦੁਸਤਾਨ ਦੇ ਦੀ, ਕਿਸਾਨਾਂ ਨੂੰ ਬਚਾਇਆ ਜਾ ਸਕੇ। ਸਰਕਾਰ ਨੂੰ ਇਹੀ ਬੇਨਤੀ ਆ ਕਿ ਲਗਾਤਾਰ ਮੌਸਮ ਨਾਲ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਆ ਅਤੇ ਸਰਕਾਰ ਕਿਸਾਨਾਂ ਨੂੰ ਕੁਛ ਨਾ ਕੁਛ ਜਿਹੜਾ ਰਾਹਤ ਦੇਵੇ ਤਾਂ ਕਿ ਜਿਹੜੇ ਪੰਜਾਬ ਦੇ ਕਿਸਾਨ ਆ ਉਹ ਬਚਾਏ ਜਾ ਸਕਣ। ਬਠਿੰਡਾ ਸਰਗਰਮੀਆਂ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਦਾ ਬਟਨ ਦਬਾਓ ਅਤੇ ਲਾਈਕ ਕਰੋ।